ਸਤਿ ਸ਼੍ਰੀ ਅਕਾਲ ਦੋਸਤੋ, ਉਮੀਦ ਹੈ ਸਭ ਚੜ੍ਹਦੀ ਕਲਾ ਵਿੱਚ ਹੋਣਗੇ ਅਤੇ ਇੱਕ ਵਾਰ ਫਿਰ ਤੋਂ ਇੱਕ ਹੋਰ ਪੰਜਾਬੀ ਕਲਾਕਾਰ ਬਾਰੇ ਜਾਣਕਾਰੀ ਲੈ ਕੇ ਆਏ ਹਾਂ ਅਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਮੂਵੀ ਸਾਡਾ ਯੂਟਿਊਬ ਚੈਨਲ। ਅੱਜ ਅਸੀਂ ਜਿਸ ਪੰਜਾਬੀ ਕਲਾਕਾਰ ਬਾਰੇ ਜਾਣਕਾਰੀ ਲੈ ਕੇ ਆਏ ਹਾਂ, ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ 'ਤੇ 20 ਸਾਲ ਰਾਜ ਕੀਤਾ ਹੈ। ਇੰਡਸਟਰੀ ਦੇ ਵਿੱਚ ਐਕਟਿੰਗ ਦੇ ਨਾਲ ਨਾਲ ਮੂਵੀਜ਼ ਡਾਇਰੈਕਟ, ਪ੍ਰੋਡਿਊਸ ਅਤੇ ਲਿਖੀਆਂ ਵੀ ਨੇ। ਕਾਫ਼ੀ ਲੰਬੇ ਬ੍ਰੇਕ ਤੋਂ ਬਾਅਦ ਮੁੜ ਤੋਂ ਕਾਕੇ ਦੇ ਵਿਆਹ ਮੂਵੀ ਨਾਲ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਹੈ। ਜੀ, ਮੈਂ ਗੱਲ ਕਰ ਰਿਹਾ ਹਾਂ ਪੰਜਾਬ ਨੂੰ ਸੁਪਰਹਿੱਟ ਪੰਜਾਬੀ ਮੂਵੀਜ਼ ਦੇਣ ਵਾਲੀ ਖੂਬਸੂਰਤ ਐਕਟਰੈਸ ਪ੍ਰੀਤੀ ਸਪਰੂ ਜੀ ਦੀ। ਗੱਲ ਕਰਾਂਗੇ ਉਹਨਾਂ ਦੀ ਫੈਮਿਲੀ ਦੀ, ਸਟਰਗਲ ਦੀ, ਬਾਲੀਵੁੱਡ ਤੋਂ ਪੰਜਾਬੀ ਫਿਲਮਾਂ ਤੱਕ ਸਫ਼ਰ ਦੀ, ਅਤੇ ਇੰਨੇ ਲੰਬੇ ਸਮੇਂ ਦਾ ਵਕਫਾ ਉਹਨਾਂ ਨੇ ਕਿਉਂ ਪਾਇਆ, ਅਤੇ ਕੁਝ ਹੋਰ ਇੰਟਰਸਟਿੰਗ ਫੈਕਟਸ ਬਾਰੇ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਜੇ ਤੁਸੀਂ ਅਜੇ ਤੱਕ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਦੋਸਤੋ ਇੱਕ ਰਿਕੁਐਸਟ ਹੈ ਕਿ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ, ਤਾਂ ਜੋ ਹਰ ਆਉਣ ਵਾਲੀ ਇੰਟਰਸਟਿੰਗ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲਦੀ ਰਹੇ। ਅਤੇ ਜਿੰਨੇ ਵੀ ਪ੍ਰੀਤੀ ਸਪਰੂ ਜੀ ਦੇ ਫੈਨਸ ਨੇ ਅਤੇ ਉਹਨਾਂ ਦੇ ਚਾਹੁਣ ਵਾਲੇ ਨੇ, ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਪ੍ਰੀਤੀ ਸਪਰੂ ਦਾ ਜਨਮ 24 ਦਸੰਬਰ 1962 ਨੂੰ ਪਿਤਾ DK ਸਪਰੂ ਅਤੇ ਮਾਤਾ ਹੇਮਾਵਤੀ ਸਪਰੂ ਦੇ ਘਰ ਬਾਂਦਰਾ, ਮੁੰਬਈ, ਮਹਾਰਾਸ਼ਟਰ ਦੇ ਵਿੱਚ ਹੋਇਆ। ਪ੍ਰੀਤੀ ਸਪਰੂ ਜੀ ਦੇ ਭੈਣ ਭਰਾ ਦੀ ਗੱਲ ਕਰੀਏ ਤਾਂ ਉਹਨਾਂ ਦੇ ਭਰਾ ਦਾ ਨਾਮ ਹੈ ਤੇਜ ਸਪਰੂ ਅਤੇ ਭੈਣ ਦਾ ਨਾਮ ਹੈ ਰੀਮਾ ਰਾਕੇਸ਼ ਨਾਥ। ਦੋਸਤੋ, ਪ੍ਰੀਤੀ ਜੀ ਦਾ ਸਾਰਾ ਪਰਿਵਾਰ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਉਹਨਾਂ ਦੇ ਪਿਤਾ DK ਸਪਰੂ ਵੀ ਇੱਕ ਫੇਮਸ ਐਕਟਰ ਰਹਿ ਚੁੱਕੇ ਨੇ ਅਤੇ ਬਾਲੀਵੁੱਡ ਦੇ ਵਿੱਚ ਕਈ ਹਿੱਟ ਹਿੰਦੀ ਫਿਲਮਾਂ ਜਿਵੇਂ ਕਿ ਜੰਜੀਰ ਅਤੇ ਦੀਵਾਰ ਜਿਹੀਆਂ ਮੂਵੀਜ਼ ਦੇ ਚੁੱਕੇ ਨੇ। ਪ੍ਰੀਤੀ ਦੀ ਮਾਤਾ ਜੀ ਹੇਮਾਵਤੀ ਸਪਰੂ ਵੀ ਇੱਕ ਫੇਮਸ ਐਕਟਰਸ ਰਹਿ ਚੁੱਕੇ ਨੇ। ਉਹਨਾਂ ਦੇ ਭਰਾ ਤੇਜ ਸਪਰੂ ਵੀ ਹਿੰਦੀ ਫਿਲਮਾਂ ਦੇ ਨਾਲ ਨਾਲ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਦੇ ਰਹੇ ਨੇ, ਅਤੇ ਉਹਨਾਂ ਦੀ ਭੈਣ ਰੀਮਾ ਰਾਕੇਸ਼ ਨਾਥ ਵੀ ਇੱਕ ਪ੍ਰਸਿੱਧ ਡਾਇਰੈਕਟਰ, ਪ੍ਰੋਡਿਊਸਰ ਅਤੇ ਫਿਲਮ ਰਾਈਟਰ ਨੇ। ਰੀਮਾ ਰਾਕੇਸ਼ ਨਾਥ ਸਾਜਨ, ਮੁਹੱਬਤ ਅਤੇ ਹਮ ਤੁਮਾਰੇ ਹੈਂ ਸਨਮ ਵਰਗੀਆਂ ਸੁਪਰਹਿੱਟ ਫਿਲਮਾਂ ਲਿਖ ਚੁੱਕੇ ਨੇ। ਪ੍ਰੀਤੀ ਸਪਰੂ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਪ੍ਰੀਤੀ ਸਪਰੂ ਦਾ ਵਿਆਹ 10 ਜੁਲਾਈ 2008 ਨੂੰ ਉਪਵਨ ਸੁਦਰਸ਼ਨ ਆਲੂਵਾਲੀਆ ਦੇ ਨਾਲ ਹੋਇਆ, ਅਤੇ ਵਿਆਹ ਤੋਂ ਬਾਅਦ ਪ੍ਰੀਤੀ ਜੀ ਦੇ ਘਰ 2 ਜੁੜਵਾ ਬੇਟੀਆਂ ਨੇ ਜਨਮ ਲਿਆ, ਜਿਨ੍ਹਾਂ ਦਾ ਨਾਮ ਹੈ ਰੀਆ ਵਾਲੀਆ ਅਤੇ ਰੀਨੇ ਵਾਲੀਆ। ਜੇ ਗੱਲ ਕਰੀਏ ਪ੍ਰੀਤੀ ਸਪਰੂ ਜੀ ਦੇ ਕਰੀਅਰ ਦੀ ਤਾਂ ਉਹਨਾਂ ਦਾ ਕਰੀਅਰ ਬਹੁਤ ਹੀ ਛੋਟੀ ਉਮਰ ਦੇ ਵਿੱਚ ਸ਼ੁਰੂ ਹੋ ਗਿਆ ਸੀ। ਪ੍ਰੀਤੀ ਸਪਰੂ ਨੇ ਆਪਣੀ ਸਕੂਲਿੰਗ ਸੈਂਟ ਜੋਸੈਫ ਹਾਈ ਸਕੂਲ ਜੂਹੂ, ਮੁੰਬਈ ਤੋਂ ਪੂਰੀ ਕੀਤੀ, ਅਤੇ ਸਿਰਫ 13 ਸਾਲ ਦੀ ਉਮਰ ਦੇ ਵਿੱਚ ਹੀ ਉਹਨਾਂ ਨੇ ਪਹਿਲੀ ਹਿੰਦੀ ਫਿਲਮ ਕੀਤੀ ਜਿਸ ਦਾ ਨਾਮ ਸੀ ਹਾਬਰੀ, ਜੋ ਕਿ 1979 ਦੇ ਵਿੱਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਉਹਨਾਂ ਨੇ 1981 ਦੇ ਵਿੱਚ ਆਏ ਲਾਵਾਰਿਸ ਅਤੇ 1983 ਦੇ ਵਿੱਚ ਆਈ ਅਵਤਾਰ ਹਿੰਦੀ ਫਿਲਮਾਂ ਦੇ ਵਿੱਚ ਕੁਝ ਛੋਟੇ ਛੋਟੇ ਰੋਲ ਕੀਤੇ। ਪ੍ਰੀਤੀ ਸਪਰੂ ਸਿਰਫ ਐਕਟਰ ਹੀ ਨਹੀਂ, ਉਹਨਾਂ ਨੇ 1983 ਦੇ ਵਿੱਚ ਆਈ ਮੂਵੀ ਜ਼ਮੀਨ ਆਸਮਾਨ ਨੂੰ ਵੀ ਲਿਖਿਆ, ਜਿਸ ਵਿੱਚ ਸ਼ਸ਼ੀ ਕਪੂਰ, ਸੰਜੇ ਦੱਤ, ਰੇਖਾ ਅਤੇ ਅਨੀਤਾ ਰਾਜ ਨੇ ਕੰਮ ਕੀਤਾ ਸੀ। ਜੇ ਪ੍ਰੀਤੀ ਜੀ ਦੀ ਬਾਲੀਵੁੱਡ ਦੀ ਮੂਵੀਜ਼ ਨੂੰ ਛੱਡਣ ਦੀ ਗੱਲ ਕਰੀਏ ਤਾਂ ਉਹਨਾਂ ਨੇ ਦੱਸਿਆ ਕਿ ਬਾਲੀਵੁੱਡ ਮੂਵੀਜ਼ ਦੇ ਵਿੱਚ ਉਹਨਾਂ ਨੂੰ ਸ਼ਾਰਟ ਰੋਲ ਦਿੱਤੇ ਜਾਂਦੇ ਸੀ, ਅਤੇ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਦੀ ਇਮੇਜ ਇਹੋ ਜਿਹੀ ਬਣ ਜਾਵੇ ਕਿ ਉਹਨਾਂ ਨੂੰ ਸਿਰਫ ਸ਼ਾਰਟ ਰੋਲ ਹੀ ਦਿੱਤੇ ਜਾਣ। ਸੋ ਜਦੋਂ ਉਹਨਾਂ ਨੂੰ ਐਜ਼ ਅ ਹੀਰੋਇਨ ਪੰਜਾਬੀ ਫਿਲਮਾਂ ਔਫਰ ਹੋਈਆਂ ਤਾਂ ਉਹਨਾਂ ਨੇ ਬਾਲੀਵੁੱਡ ਨਾਲੋਂ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਨਾ ਚੰਗਾ ਸਮਝਿਆ। ਪ੍ਰੀਤੀ ਜੀ ਨੇ 23 ਹਿੰਦੀ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ। ਬਾਲੀਵੁੱਡ ਇੰਡਸਟਰੀ ਤੋਂ ਬਾਅਦ ਉਹਨਾਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਕਈ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ਉੱਚਾ ਦਰ ਬਾਬੇ ਨਾਨਕ ਦਾ, ਸਰਪੰਚ, ਅਵਤਾਰ, ਆਸਰਾ ਪਿਆਰ ਦਾ, ਨਿੰਮੋ, ਜਗੀਰ, ਜਿਗਰੀ ਯਾਰ, ਕੁਰਬਾਨੀ ਜੱਟ ਦੀ ਅਤੇ ਦੀਵਾ ਵਾਲੇ ਸਾਰੀ ਰਾਤ ਵਰਗੀਆਂ ਮੂਵੀਜ਼ ਨੇ। ਦੋਸਤੋ, ਪ੍ਰੀਤੀ ਜੀ ਨੇ ਸਿਰਫ ਪੰਜਾਬੀ ਫਿਲਮਾਂ ਦੇ ਵਿੱਚ ਐਕਟ ਹੀ ਨਹੀਂ ਕੀਤਾ, ਉਹਨਾਂ ਨੇ 1990 ਦੇ ਵਿੱਚ ਆਈ ਪੰਜਾਬੀ ਫਿਲਮ ਕੁਰਬਾਨੀ ਜੱਟ ਦੀ ਨੂੰ ਡਾਇਰੈਕਟ ਵੀ ਕੀਤਾ ਸੀ। ਇਸ ਫਿਲਮ ਦੇ ਵਿੱਚ ਪ੍ਰੀਤੀ ਜੀ ਨਾਲ ਧਰਮਿੰਦਰ, ਗੁਰਦਾਸ ਮਾਨ ਅਤੇ ਰਾਜ ਬੱਬਰ ਨੇ ਕੰਮ ਕੀਤਾ, ਔਰ ਪ੍ਰੀਤੀ ਜੀ ਦੀ ਇਹ ਫਿਲਮ ਸੁਪਰਹਿੱਟ ਰਹੀ ਸੀ। ਪ੍ਰੀਤੀ ਜੀ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਲੈ ਕੇ ਆਉਣ ਵਾਲੇ ਵੀਰਿੰਦਰ ਜੀ ਨੇ ਇੱਕ ਕਿੱਸੇ ਨੂੰ ਯਾਦ ਕਰਦੇ ਹੋਏ ਪ੍ਰੀਤੀ ਜੀ ਕਹਿੰਦੇ ਨੇ ਕਿ ਜਦੋਂ ਉਹ ਹਿੰਦੀ ਫਿਲਮਾਂ ਕਰ ਰਹੀ ਸੀ ਤਾਂ ਵੀਰਿੰਦਰ ਜੀ ਨੇ ਉਹਨਾਂ ਨੂੰ ਕਿਹਾ ਕਿ ਮੇਰੀ ਪੰਜਾਬੀ ਫਿਲਮ ਦੇ ਵਿੱਚ ਕੰਮ ਕਰ ਲਵੋ, ਤੁਸੀਂ ਸਿਰਫ ਇੱਕ ਗੈਸਟ ਅਪੀਅਰੈਂਸ ਦੇਣੀ ਹੈ। ਬਟ ਜਦੋਂ ਪ੍ਰੀਤੀ ਨੇ ਫਿਲਮ ਦੇ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਇੱਕ ਸ਼ੂਟ ਹੋਇਆ, ਦੂਜਾ ਸ਼ੂਟ ਹੋਇਆ ਅਤੇ ਫਿਰ ਤੀਜਾ, ਔਰ ਇਸੇ ਤਰ੍ਹਾਂ ਕਰਦੇ ਕਰਦੇ ਕਈ ਸ਼ੂਟ ਹੋ ਗਏ ਅਤੇ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਿਆ ਕਿ ਉਹਨਾਂ ਨੂੰ ਫਿਲਮ ਦੇ ਵਿੱਚ ਐਜ਼ ਅ ਹੀਰੋਇਨ ਲਿਆ ਗਿਆ ਹੈ, ਔਰ ਉਸ ਮੂਵੀ ਦਾ ਨਾਮ ਸੀ ਸਰਪੰਚ। ਪ੍ਰੀਤੀ ਦੱਸਦੇ ਨੇ ਕਿ ਵੀਰਿੰਦਰ ਜੀ ਨੇ ਐਵੇਂ ਇਸ ਲਈ ਕੀਤਾ ਕਿਉਂਕਿ ਪ੍ਰੀਤੀ ਉਹਨਾਂ ਨੂੰ ਪਹਿਲਾਂ ਵੀ ਇੱਕ ਫਿਲਮ ਦੇ ਵਿੱਚ ਹੀਰੋਇਨ ਦੇ ਰੋਲ ਲਈ ਮਨਾ ਕਰ ਚੁੱਕੀ ਸੀ, ਕਿਉਂਕਿ ਉਹ ਕਹਿੰਦੇ ਸੀ ਕਿ ਮੈਨੂੰ ਪੰਜਾਬੀ ਨਹੀਂ ਆਉਂਦੀ, ਮੈਂ ਕੰਮ ਕਿਵੇਂ ਕਰਾਂਗੀ। ਸਰਪੰਚ ਫਿਲਮ ਉਸ ਸਮੇਂ ਗੋਲਡਨ ਜੂਬਲੀ ਫਿਲਮ ਰਹੀ ਸੀ। ਇਸੇ ਫਿਲਮ ਨਾਲ ਪ੍ਰੀਤੀ ਸਪਰੂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਡੈਬਿਊ ਕੀਤਾ ਸੀ। ਦੋਸਤੋ, ਪ੍ਰੀਤੀ ਸਪਰੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਦੋਂ ਤੋਂ ਫੋਲੋ ਕਰਦੇ ਆ ਰਹੇ ਨੇ ਜਦੋਂ ਤੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ। ਪ੍ਰੀਤੀ ਸਪਰੂ ਨੂੰ ਕਈ ਵਾਰ ਉਹਨਾਂ ਦੇ ਨਾਲ ਅਤੇ ਅਰੁਣ ਜੇਟਲੀ ਦੇ ਨਾਲ ਰੈਲੀਆਂ ਦੇ ਵਿੱਚ ਵੀ ਦੇਖਿਆ ਗਿਆ ਹੈ।
ਪ੍ਰੀਤੀ ਇੱਕ ਸੋਸ਼ਲ ਐਕਟੀਵਿਟਿਸਟ ਵੀ ਨੇ ਅਤੇ ਕਈ ਐਨ ਜੀ ਓ ਦੇ ਨਾਲ ਮਿਲ ਕੇ ਕੰਮ ਕਰਦੇ ਨੇ। ਪ੍ਰੀਤੀ ਸਪਰੂ ਨੂੰ ਮਿਲੇ ਅਵਾਰਡਸ ਦੀ ਗੱਲ ਕਰੀਏ ਤਾਂ ਇਹ ਲਿਸਟ ਛੋਟੀ ਨਹੀਂ ਹੈ। 1995 ਦੇ ਵਿੱਚ ਪ੍ਰੀਤੀ ਜੀ ਨੂੰ ਬੈਸਟ ਐਕਟਰਸ ਦੇ ਲਈ ਪੰਜਾਬ ਸਟੇਟ ਅਵਾਰਡ ਦਿੱਤਾ ਗਿਆ ਸੀ। 1998 ਦੇ ਵਿੱਚ ਮਹਿਲਾ ਸ਼੍ਰੋਮਣੀ ਵੱਲੋਂ ਉਹਨਾਂ ਨੂੰ ਪਹਿਲੀ ਮਹਿਲਾ ਡਾਇਰੈਕਟਰ ਬਣਨ ਦੇ ਲਈ ਅਵਾਰਡ ਦਿੱਤਾ ਗਿਆ ਸੀ। ਪ੍ਰੀਤੀ ਜੀ ਨੂੰ ਸਰਦਾਰ ਮਨਮੋਹਨ ਸਿੰਘ, ਪ੍ਰਕਾਸ਼ ਸਿੰਘ ਬਾਦਲ ਅਤੇ ਮਿਲਖਾ ਸਿੰਘ ਜੀ ਦੇ ਨਾਲ ਪੰਜਾਬ ਰਤਨ ਅਵਾਰਡ ਵੀ ਦਿੱਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬ ਸ਼੍ਰੋਮਣੀ ਅਵਾਰਡ ਵੀ ਦਿੱਤਾ ਗਿਆ ਸੀ। ਦੋਸਤੋ, ਜੇ ਗੱਲ ਕਰੀਏ ਪ੍ਰੀਤੀ ਜੀ ਦੇ ਇੰਡਸਟਰੀ ਤੋਂ ਦੂਰ ਹੋਣ ਦੀ, ਤਾਂ ਉਹ ਕਹਿੰਦੇ ਨੇ ਕਿ ਫਿਲਮਾਂ ਦੇ ਵਿੱਚ ਐਕਟਿੰਗ, ਡਾਇਰੈਕਸ਼ਨ ਅਤੇ ਪ੍ਰੋਡਿਊਸ ਕਰਨ ਤੋਂ ਬਾਅਦ ਉਹਨਾਂ ਨੂੰ ਬ੍ਰੇਕ ਚਾਹੀਦਾ ਸੀ ਅਤੇ ਫਿਰ ਉਹ ਆਪਣੇ ਬਿਜ਼ਨਸ ਨੂੰ ਖੜ੍ਹਾ ਕਰਨ ਦੇ ਵਿੱਚ ਮਸ਼ਰੂਫ ਹੋ ਗਏ। ਇਸ ਦੌਰਾਨ ਵੀ ਉਹਨਾਂ ਨੂੰ ਕਈ ਪੰਜਾਬੀ ਫਿਲਮਾਂ ਔਫਰ ਹੁੰਦੀਆਂ ਰਹੀਆਂ, ਪਰ ਪ੍ਰੀਤੀ ਜੀ ਨੇ ਕੁਝ ਸਮਾਂ ਪਹਿਲਾਂ ਜੋੜਨ ਸੰਧੂ ਦੀ ਆਈ ਪੰਜਾਬੀ ਮੂਵੀ ਕਾਕੇ ਦੇ ਵਿਆਹ ਨਾਲ ਫਿਲਮ ਇੰਡਸਟਰੀ ਦੇ ਵਿੱਚ ਵਾਪਸੀ ਕੀਤੀ ਅਤੇ ਉਹਨਾਂ ਦੀ ਇਹ ਫਿਲਮ ਹਿੱਟ ਵੀ ਰਹੀ। ਹੁਣ ਗੱਲ ਕਰਦੇ ਹਾਂ ਪ੍ਰੀਤੀ ਸਪਰੂ ਜੀ ਬਾਰੇ ਕੁਝ ਫੈਕਟ ਸੀ। ਪ੍ਰੀਤੀ ਜੀ 8ਵੀਂ ਦੇ ਵਿੱਚ ਪੜ੍ਹਦੇ ਸੀ ਜਦੋਂ ਉਹਨਾਂ ਨੇ ਇੰਡਸਟਰੀ ਜੁਆਇਨ ਕੀਤੀ ਸੀ ਅਤੇ ਆਪਣੀ 10ਵੀਂ ਤੱਕ ਦੀ ਪੜ੍ਹਾਈ ਉਹਨਾਂ ਨੇ ਪ੍ਰਾਈਵੇਟ ਕੀਤੀ। ਪ੍ਰੀਤੀ ਸਪਰੂ ਆਪਣੇ ਕਰੀਅਰ ਦੇ ਵਿੱਚ 13 ਸੀਰੀਅਲਸ ਡਾਇਰੈਕਟ ਅਤੇ ਪ੍ਰੋਡਿਊਸ ਕਰ ਚੁੱਕੇ ਨੇ। ਪ੍ਰੀਤੀ ਜੀ ਆਪਣੇ ਡਾਇਰੈਕਸ਼ਨ ਗੁਰੂ ਵਰਿੰਦਰ ਜੀ ਨੂੰ ਮੰਨਦੇ ਨੇ, ਕਿਉਂਕਿ ਡਾਇਰੈਕਸ਼ਨ ਦੇ ਫੀਲਡ ਦੇ ਵਿੱਚ ਵਰਿੰਦਰ ਜੀ ਨੇ ਹੀ ਉਹਨਾਂ ਨੂੰ ਗਾਈਡ ਕੀਤਾ ਸੀ ਅਤੇ ਉਹੀ ਲੈ ਕੇ ਆਏ। ਪ੍ਰੀਤੀ ਜੀ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਪਹਿਲੀ ਮਹਿਲਾ ਸੀ ਜਿਨ੍ਹਾਂ ਨੇ ਫਿਲਮ ਡਾਇਰੈਕਟ ਕੀਤੀ ਸੀ। ਪ੍ਰੀਤੀ ਸਪਰੂ ਜੀ ਦੀ ਫੈਮਿਲੀ ਬੇਸਿਕਲੀ ਕਸ਼ਮੀਰ ਤੋਂ ਬਿਲੋਂਗ ਕਰਦੀ ਹੈ ਅਤੇ ਉਹ ਕਸ਼ਮੀਰੀ ਪੰਡਿਤ ਨੇ। ਸੋ ਦੋਸਤੋ, ਇਹ ਸੀ ਕੁਝ ਜਾਣਕਾਰੀ ਪ੍ਰੀਤੀ ਸਪਰੂ ਬਾਰੇ। ਅਸੀਂ ਇਹੀ ਚਾਹੁੰਦੇ ਹਾਂ ਕਿ ਪ੍ਰੀਤੀ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਇੰਨੇ ਸਮੇਂ ਬਾਅਦ ਮੁੜ ਤੋਂ ਆਏ ਨੇ, ਉਹ ਪੰਜਾਬੀ ਇੰਡਸਟਰੀ ਦੇ ਨਾਲ ਜੁੜੇ ਰਹਿਣ ਅਤੇ ਆਪਣੀ ਸੋਹਣੀ ਐਕਟਿੰਗ ਦੇ ਨਾਲ ਹਮੇਸ਼ਾ ਆਪਣੇ ਫੈਨਸ ਦੀ ਤਾਰੀਫ ਦੇ ਪਾਤਰ ਬਣੇ ਰਹਿਣ। ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਣੀ ਹੈ। ਤੁਹਾਨੂੰ ਇਹ ਜਾਣਕਾਰੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਦੇ ਵਿੱਚ ਕੋਈ ਵੀ ਜਾਣਕਾਰੀ ਗਲਤ ਹੋਵੇ ਔਰ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਸਾਂਝੀ ਕਰੋ। ਅਸੀਂ ਇਸੇ ਤਰ੍ਹਾਂ ਪੰਜਾਬੀ ਇੰਡਸਟਰੀ ਨਾਲ ਜੁੜੇ ਨਵੇਂ ਪੁਰਾਣੇ ਕਲਾਕਾਰਾਂ ਬਾਰੇ ਇਨਫੋਰਮੇਸ਼ਨ ਲੈ ਕੇ ਆਉਂਦੇ ਰਹਿੰਦੇ ਹਾਂ। ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਚੈੱਕ ਕਰ ਸਕਦੇ ਹੋ ਅਤੇ ਜਿੰਨੇ ਵੀ ਫੈਨਸ ਨੇ ਪ੍ਰੀਤੀ ਸਪਰੂ ਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣ ਅਤੇ ਕਮੈਂਟਸ ਦੇ ਵਿੱਚ ਉਹਨਾਂ ਨੂੰ ਆਪਣਾ ਪਿਆਰ ਦੇਣਾ ਵੀ ਨਾ ਭੁੱਲਣ। ਦੋਸਤੋ, ਇੰਟਰਸਟਿੰਗ ਵੀਡੀਓਜ਼ ਦੇ ਲਈ ਸਾਡੇ ਚੈਨਲ ਨਾਲ ਜੁੜੇ ਰਹੋ। ਇਸੇ ਤਰ੍ਹਾਂ ਪੰਜਾਬੀ ਫਿਲਮ ਅਤੇ ਮਿਊਜ਼ਿਕ ਇੰਡਸਟਰੀ ਦੀ ਅਪਡੇਟਸ ਲੈਣ ਲਈ ਪੰਜਾਬੀ ਮੂਵੀਜ਼ ਅੱਡਾ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈਲ ਆਈਕਨ ਨੂੰ ਪ੍ਰੈਸ ਕਰੋ।